ਹਾਂਜੀ ਜੀ ਐਨੂ ਜੀ ਹ ਸਵਾਲਾਂ ਤੇ ਇਤਰਾਜ਼ ਕਰਨ ਦੇ ਲਈ ਤਕਰੀਬਨ ਸਾਰਿਆਂ ਨੇ ਆਪੋ ਆਪਣੀ ਜਿਹੜੇ ਕਥਨ ਤੱਥ ਸਬੂਤ ਕਿਹੜੇ ਵਿਦਵਾਨ ਨੇ ਕੀ ਕਿਹਾ ਉਹ ਜ਼ਰੂਰ ਇਕੱਠੇ ਕਰ ਲਈ ਹੋਣੇ ਆ ਤੇ ਆਪਾਂ ਕਿਹਾ ਸੀ ਕਿ ਸਾਂਝੀ ਕਰਾਂਗੇ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਜੇ ਸਭ ਤੋਂ ਪਹਿਲਾਂ ਜਿਵੇਂ ਆਪਾਂ ਤੁਹਾਡੇ ਨਾਲ ਪਹਿਲਾਂ ਵੀ ਕਿਹਾ ਸੀਗਾ ਇਸਤਰੀ ਦੀ वेदना ਭਰੀ ਚੀਕ ਨੂੰ ਲੈ ਕੇ ਸਭ ਤੋਂ ਪਹਿਲਾਂ ਤਾਂ ਇਹ ਹੀ ਉਲਝਣਾ ਕਿ ਅੰਬਰਤਰਾ ਦਲੀਪ ਜਾਂ ਅਜੀਤ ਕੌਰ ਦੇ ਕੋ ਇੱਕ ਕਹਾਣੀਕਾਰ ਇੱਕ ਨਾਵਲਕਾਰ ਤੇ ਇੱਕ ਕਵਿਤਰੀ ਆ ਹੁਣ ਦੋ ਗੱਲਾਂ ਉੱਤੇ ਅੱਜ ਰੱਖਿਓ ਤੁਸੀਂ ਸਕਰੀਨ ਤੇ ਦੇਖੋਗੇ ਵੀ ਜੋ ਦਿੱਤਾ ਹੋਇਆ ਸਾਡੇ ਕੋਲ ਇਹ ਰਵਾਇਜ਼ ਦੇ ਬਾਰੇ ਦੱਸਾਂਗੇ ਕਿ ਕਿਹੜੇ ਕਿਹੜੇ ਵਿਦਵਾਨਾਂ ਨੇ ਦਲੀਪ ਕੋਟੇਵਾਨ ਅਤੇ ਅਜੀਤ ਕੌਰ ਤੋਂ ਪਹਿਲਾਂ ਇਹ ਸਾਡੇ ਕੋਲ ਅੰਮ੍ਰਿਤਪ੍ਰੀਤਮ ਹੈ ਤਕਰੀਬਨ ਸਾਰਿਆਂ ਨੂੰ ਪਤਾ ਬਹੁਤ ਹੀ ਜ਼ਿਆਦਾ ਵਿਦਿਆਰਥੀਆਂ ਨੇ ਜਵਾਬ ਦਿੱਤਾ ਤੇ ਉਹਦੇ ਪੱਖ ਦੇ ਵਿੱਚ ਤੱਥ ਵੀ ਨੇ ਤੇ ਪਹਿਲਾਂ ਵੀ ਕਿਹਾ ਸੀ ਕਿ ਜਿਹਦੇ ਕੋਲ ਦਲੀਪ ਕੌਰ ਟਿਵਾਣਾ ਜਾਂ ਅਜੀਤ ਕੌਰ ਸੰਬੰਧੀ ਕਥਨ ਕੋਈ ਵਿਦਵਾਨ ਵੱਲੋਂ ਕੋਈ ਕਹੀ ਗੱਲ ਜਾਂ ਨਾ ਦੁਆਰਾ ਸਭੇ ਕਥਨ ਕੋਈ ਉਹ ਜ਼ਰੂਰ ਸਾਂਝਾ ਕਰਿਓ ਗਰੁੱਪ ਦੇ ਵਿੱਚ ਅਜੇ ਤੱਕ ਕੋ ਨਹੀਂ ਮਿਲਿਆ ਪਰ ਅੰਮ੍ਰਿਤਪ੍ਰੀਤ ਮੇ ਨਾਲ ਸੰਬੰਧਿਤ ਪਹਿਲਾਂ ਹੀ ਸੀ ਸਾਡੇ ਕੋਲੇ ਤੇ ਅੰਮ੍ਰਿਤਪ੍ਰੀਤ ਮਣਿੱਕ ਤਾਂ ਐਸੀ ਵੀ ਪਹਿਲਾਂ ਗੱਲ ਕੀਤੀ ਆ ਤੇ ਇਹਦੇ ਬਾਰੇ ਆਪਣੇ ਕੋਲੇ ਸੰਤ ਸਿੰਘ ਸੇਖੋਂ ਨੇ ਜੋ ਕਿਹਾ ਤੁਸੀਂ ਦੇਖੋ ਸਕਰੀਨ ਤੇ ਧਿਆਨ ਨਾਲ ਇਹਨੂੰ ਸਾਰਿਆਂ ਨੂੰ ਤੁਸੀਂ ਪੜ੍ਹ ਵੀ ਸਕਦੇ ਹੋ ਤੇ ਆਪਾਂ ਇਹ ਗਰੁੱਪ ਦੇ ਵਿੱਚ ਸਾਂਝਾ ਕਰਾਂਗੇ ਇਸੇ ਕਿਤਾਬ ਚੋਂ ਲਿਆ ਗਿਆ ਹੈ ਠੀਕ ਹੈ ਜੀ ਤੇ ਪਿਆਰਾ ਸਿੰਘ ਪਾਦਮ ਦਾ ਇੱਕ ਲੇਖ ਆ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਹਦੇ ਵਿੱਚ ਪ੍ਰਿੰਸੀਪਲ ਤੀਜਾ ਸਿੰਘ ਦਾ ਇੱਕ ਕਥਨ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਠੀਕ ਹੈ ਇਹਦੇ ਵਿੱਚ ਜਿਹੜਾ ਉਹਨਾਂ ਨੇ ਜੋ ਲਿਖਿਆ ਹੋਇਆ ਪੂਰੇ ਦੇ ਪੂਰਾ ਉਹ ਜ਼ਰੂਰ ਤੁਸੀਂ ਇਹਨੂੰ ਇਹ ਚੀਜ਼ ਨੂੰ ਉਸੇ ਪੱਖ ਨੂੰ ਰੱਖ ਕੇ ਆਪਣੀ ਦਾ ਇੱਕ ਆਧਾਰ ਇਸ ਆਧਾਰ ਤੇ ਲਗਾ ਸਕਦੇ ਆ ਬਿਲਕੁਲ ਅਮਰਤਾ ਪ੍ਰੀਤਮ ਠੀਕ ਹੈ ਤੇ ਜਿਹੜੀ ਗੱਲ ਕਹੀ ਸੀ ਸਾਰਿਆਂ ਨੂੰ ਪਤਾ ਕਿ ਪ੍ਰਿੰਸੀਪਲ ਤੇਜਾ ਸਿੰਘ ਨੇ ਕਿਹਾ ਮੈਂ ਪਿਆਰਾ ਸਿੰਘ ਪਦਮ ਦਾ ਲੇਖ ਹੈ ਇਸੇ ਕਿਤਾਬ ਦੇ ਵਿੱਚ ਤੇ ਪੰਜਾਬ ਦੀ ਜਵਾਨ ਕਿਹਾ ਆਵਾਜ਼ ਕਿਹਾ ਸਾਰਿਆਂ ਨੂੰ ਪਤਾ ਪਰ ਪੂਰੇ ਦਾ ਪੂਰਾ ਕਥਨ ਤੁਸੀਂ ਸਕਰੀਨ ਤੇ ਦੇਖੋਗੇ ਠੀਕ ਹੈ ਜੀ ਤੇ ਇਹਦੇ ਵਿੱਚ ਜਿਹੜੀ ਉਹਨੇ ਆਖਰੀ ਗੱਲ ਕਹੀ ਉਹ ਜ਼ਰੂਰ ਧਿਆਨ ਚ ਰੱਖਣੀ ਆ ਹੋਰ ਵੀ ਗੱਲ ਸਾਰੀ ਦੀ ਸਾਰੀ ਨੂੰ ਆਪਾਂ ਇਹ ਪੱਖ ਰੱਖਾਂਗੇ ਉੱਥੇ ਸਾਹਮਣੇ ਤੇ ਇੱਥੇ ਲਿਖਿਆ ਕਿ ਜਿਸ ਨੂੰ ਸੁਣ ਕੇ ਵਾਰਿਸ ਸਾਹਿਬ ਤੇ ਪੂਰ ਸਿੰਘ ਦੇ ਰੂਹਾਂ ਵੀ ਕਰਲਾ ਉੱਠਣਗੀਆਂ ਇਹ ਗੱਲ ਵੀ ਇਹਦੇ ਪੱਖ ਏਸੇ ਪੱਖ ਤੇ ਅੰਮ੍ਰਿਤਪ੍ਰੀਤਮ ਦੇ ਪੱਖ ਤੇ ਜਾ ਰਿਹਾ ਵੈਸੇ ਵੀ ਅੰਮ੍ਰਿਤਪ੍ਰੀਤਮ ਪਹਿਲਾਂ ਪਰ ਮੈਂ ਇਹ ਵੀ ਨਹੀਂ ਕਹਿ ਰਿਹਾ ਕਿ ਦਿਲੀਪ ਕੌਰ ਤੇ ਅਜੀਤ ਕੌਰ ਨਹੀਂ ਹੋ ਸਕਦੀਆਂ ਹੈਗੀਆਂ ਨੇ ਨਾਵਲਕਾਰ ਤੇ ਕਹਾਣੀਕਾਰ ਦੇ ਤੌਰ ਤੇ ਉਹਨਾਂ ਨੇ ਵੀ ਇਸਤਰੀ ਦਾ ਪੱਖ ਲਿਆਗਾ ਪਰ ਜੇ ਤੁਹਾਡੇ ਕੋਲ ਤੱਥ ਹੈ ਤਾਂ ਜ਼ਰੂਰ ਉਹ ਸਾਂਝਾ ਕਰਿਓ ਠੀਕ ਹੈ ਜੀ ਇੱਕ ਦੋ ਸਵਾਲ ਹੋਰ ਨੇ ਪਾ ਉਹ ਵੀ ਪਹਿਲਾਂ ਕਰ ਲਈਏ ਤੁਹਾਡੇ ਨਾਲ ਸਾਂਝੇ ਇਹ ਪਹਿਲਾਂ ਵੀ ਤੁਹਾਡੇ ਨਾਲ ਕੀਤੀ ਸੀਗਾ ਲਾਪਾ 27 28 ਤਰੀਕ ਨੂੰ ਗੱਲ ਕੀਤੀ ਸੀ ਇਹ ਕਿ ਜਿਹੜਾ ਪਸ਼ੂਆਂ ਨੂੰ ਮਨੋ ਵਿਗਿਆਨ ਦੇ ਦ੍ਰਿਸ਼ਟੀ ਤੋਂ ਕਰਤਾਰ ਸਿੰਘ ਦੁੱਗਲ ਤਕਰੀਬਨ ਬਹੁਤ ਵਿਦਿਆਰਥੀਆਂ ਨੇ ਜਵਾਬ ਦਿੱਤਾ ਤੇ ਸੰਤੋਖ ਸਿੰਘ ਧੀਰ ਵੀ ਕਾਫੀ ਵਿਦਿਆਰਥੀਆਂ ਨੇ ਜਵਾਬ ਦਿੱਤਾ ਹੁਣ ਦੋ ਗੱਲਾਂ ਨੇ ਧਿਆਨ ਚ ਰੱਖਣ ਵਾਲੀਆਂ ਕਿ ਇੱਥੇ ਤੱਕ ਤਾਂ ਸਲਿਪਸ ਦੇ ਮੁਤਾਬਕ ਜੇ ਜਾਈਏ ਤਾਂ ਸੰਤੋਖ ਸਿੰਘ ਧੀਰ ਸਾਡੇ ਸਲਿਪਸ ਦੇ ਵਿੱਚ ਵੀ ਹੈ ਕਰਤਾਰ ਸਿੰਘ ਦੁੱਗਲ ਨਹੀਂ ਪਰ ਫਿਰ ਵੀ ਉਹਨਾਂ ਨੇ ਕਰਤਾਰ ਸਿੰਘ ਦੁੱਗਲ ਜਵਾਬ ਦਿੱਤਾਗਾ ਤੇ ਸੰਤੋਖ ਸਿੰਘ ਧੀਰ ਵਾਲੀ ਵਿਦਿਆਰਥੀ ਨੂੰ ਜਿਹਨਾਂ ਨੂੰ ਸਬੂਤ ਚਾਹੀਦਾ ਉਹ ਆਪਣੇ ਕੋਲ ਹੈ ਠੀਕ ਹੈ ਜੀ ਤੇ ਸਿਹਤ ਸਮਾਚਾਰ ਅੰਕ ਦੇ ਵਿੱਚ ਬਲਵੰਤ ਗਾਰਗੀ ਨੇ ਇਹ ਗੱਲ ਕਹੀ ਆ ਤੁਸੀਂ ਸਕਰੀਨ ਤੇ ਪੜ੍ਹ ਸਕਦੇ ਹੋ ਤੂੰ ਇੰਨਾ ਆਪਣੇ ਆਪ ਨੂੰ ਨਹੀਂ ਸਮਝਦਾ ਜਿੰਨਾ ਇੱਕ ਡੰਗਰ ਦੇ ਦਿਲ ਨੂੰ ਜਾਣਦਾ ਹੈ ਬਲਵੰਤ ਗਾਰਗੀ ਨੇ ਕਹੀ ਆ ਸੰਤੋਖ ਸਿੰਘ ਧੀਰ ਦੀ ਮੰਗੋ ਕਹਾਣੀ ਬੜ ਕੇ ਕਹੀ ਆ ਸਿਹਤ ਸਮਾਚਾਰ ਅੰਕ ਦੇ ਵਿੱਚ ਇਹਦਾ ਵੇਰਵਾ ਮਿਲਦਾਗਾ ਇਹ ਗੱਲ ਵੀ ਆਪਣੇ ਕੋਲ ਹੈ ਕਰਤਾਰ ਸਿੰਘ ਦੁੱਗਲ ਵਾਲੇ ਆਪਣਾ ਪੱਖ ਰੱਖ ਸਕਦੇ ਆ ਬਿਲਕੁਲ ਜੀ ਉਹਦੇ ਤੇ ਕੋਈ ਇਤਰਾਜ਼ ਨਹੀਂ ਹੈ ਉਹ ਵੀ ਆਪਣੀ ਜਗ੍ਹਾ ਤੇ ਸਹੀ ਆ ਪਰ ਇੱਥੇ ਮੇਰੇ ਕੋਲ ਜਿਹੜਾ ਮਿਲਿਆ ਹੋਇਆ ਮੈਨੂੰ ਸਬੂਤ ਸੰਤੋਖ ਸਿੰਘ ਧੀਰਵਾੜਾ ਹਾਂਜੀ ਦੂਜਾ ਸੀਗਾ ਸਠਨੀਆਂ ਵਾਲਾ ਸਵਾਲ ਸੀ ਜਿਹੜਾ ਆਪਣਾ ਲਾੜੇ ਨਾਲ ਵਿਅੰਗ ਅਤੇ ਹਾਸਾ ਠੱਠਾ ਸਕਰੀਨ ਤੇ ਜਿਹੜੀ ਦੇਖ ਰਹੇ ਹੋ ਇਹ ਰਾਜਸਥਾਨ ਬੋਰਡ ਦੀ ਕਿਤਾਬ ਆ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਿਤਾਬ ਦੇ ਵਿੱਚ ਵੀ ਵੇਰਵਾ ਮਿਲਦਾਗਾ ਠੀਕ ਹੈ ਜੀ ਵਿਆਹ ਸਮਿਤੀ ਵਾਲੀ ਧਿਰ ਵੱਲੋਂ ਲਾੜੇ ਵਾਲੀ ਧਿਰ ਨੂੰ ਸਿੱਧੇ ਤੌਰ ਤੇ ਵਿਅੰਗ ਦਾ ਵਿਸਾ ਬਣਾਇਆ ਜਾਂਦਾ ਠੱਠ ਕੀਤੀ ਜਾਂਦੀ ਹੈ ਠੀਕ ਹੈ ਇਹ ਇਹਦੇ ਵਿੱਚ ਵੀ ਇਹ ਗੱਲ ਰੱਖ ਸਕਦੇ ਹੋ ਤੁਸੀਂ ਆਪਣਾ ਪੱਖ ਸਿੱਠਨੀ ਵਾਲੇ ਜਿਹੜੇ ਵਿਦਿਆਰਥੀ ਨੇ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਿਤਾਬ ਦੇ ਵਿੱਚੋਂ ਵੀ ਵੇਰਵਾ ਦੇ ਸਕਦੇ ਆ ਤੇ ਰਾਜਸਥਾਨ ਬੋਰਡ ਦੀ ਵੀ ਕਿਤਾਬ ਆ ਇਹਦੇ ਵਿੱਚ ਵੀ ਇਹੀ ਗੱਲ ਕਹੀ ਗਈ ਆ ਤੇ ਛੰਦਪ੍ਰਾਗੇ ਵਾਲੇ ਆਪਣਾ ਪੱਖ ਵੀ ਰੱਖ ਸਕਦੇ ਆ ਮੇਰੇ ਧਿਆਨ 'ਚ ਜੋ ਉਹਨਾਂ ਨੇ ਜਵਾਬ ਦਿੱਤਾਗਾ ਸਿੱਠਨੀ ਵਾਲਿਆਂ ਲਈ ਇਹ ਜ਼ਰੂਰ ਜਵਾਬ ਧਿਆਨ 'ਚ ਰੱਖਿਆ ਤੁਸੀਂ ਦੋ ਕਿਤਾਬਾਂ ਦਾ ਵੇਰਵਾ ਮਿਲਦਾ ਆਪਣੇ ਕੋਲ ਹੋਰ ਵੀ ਵਿਦਵਾਨਾਂ ਦੇ ਹੈਗੇ ਨੇ ਠੀਕ ਹੈ ਜੀ ਤੁਸੀਂ ਆਪੋ ਆਪਣੇ ਪਰ ਇਹ ਸਿੱਠਨੀ ਤੇ ਜਿਹੜਾ ਇਹ ਦੋਮਾ ਨੂੰ ਹੀ ਅੰਕ ਦੋਮਾ ਦਾ ਅੰਕ ਬਣਦਾ ਤੇ ਅੰਗੇ ਦੇਖਦੇ ਆਪਾਂ ਹੋਰ ਸਵਾਲ ਪੰਜਾਬੀ ਨੂੰ ਰਾਜ ਭਾਸ਼ਾ ਦਾ ਰੁਤਬਾ ਜਿਹੜਾ ਇਹਦੇ ਤੇ ਬਹੁਤ ਉਲਝਿਆ ਹੋਇਆ ਕੰਮ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਿਤਾਬ ਦੇ ਵਿੱਚ 67 ਮਿਲ ਰਿਹਾ ਤੇ 68 ਵੀ ਇੱਕ ਕਿਤਾਬ ਦੇ ਵਿੱਚ ਮਿਲ ਰਿਹਾ ਜਿਹਦੇ ਵਿੱਚ ਦੱਸਿਆ ਗਿਆ ਕਿ ਲਖਮਨ ਸਿੰਘ ਗਿੱਲ ਦੇ ਸਮੇਂ 68 ਦੇ ਵਿੱਚ ਤੇ 67 ਦੇ ਵਿੱਚ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ 67 ਵਾਲਾ ਇੱਕ ਆਪਣੇ ਕੋਲੇ ਸਰਕਾਰੀ ਦਸਤਾਵੇਜ਼ ਵੀ ਆ ਜਿਹਦੇ ਵਿੱਚ 67 ਦਾ ਜ਼ਿਕਰ ਪਾਇਆ ਹੋਇਆ ਭਾਵ ਇਹਦੇ ਤੇ ਪੂਰੀ ਦੀ ਪੂਰੀ ਆਬਜੈਕਸ਼ਨ ਲੱਗ ਸਕਦੀ ਹੈ ਜੀ ਹੁਣ ਇਸੇ ਸਵਾਲ ਨੂੰ ਲੈ ਕੇ ਹੀ ਪੰਜਾਬ ਯੂਪੀਪਰ ਪਾਉਣ ਵਾਲੇ ਨੇ ਉਹਨਾਂ ਨੇ ਦੇਖ ਕੇ ਸਵਾਲ ਬਣਾਉਣਾ ਸੀ ਜਾਂ ਜਿਵੇਂ ਵੀ ਸੀ ਪਰੇ ਤੇ ਆਬਜੈਕਸ਼ਨ ਲਗਾਈ ਜਾ ਸਕਦੀ ਆ ਸਟਾਰਟ ਵਾਲਾ ਸਰਕਾਰੀ ਦਸਤਾਵੇਜ਼ ਵੀ ਤੁਹਾਡੇ ਨਾਲ ਸਾਂਝਾ ਕਰਦੇ ਆ ਹਾਂਜੀ ਦੇਖ ਲਓ 66 ਦੇ ਵਿੱਚ ਅਲੱਗ ਜਿਵੇਂ ਪਹਾੜਾਂ ਦੇ ਧਰਤੀ ਦੇ ਪੰਜਾਬ ਨੂੰ ਵੰਡਿਆ ਗਿਆ ਤੇ ਵੰਡਦਿਆਂ ਹੀ ਇੱਕੇਦਮ ਭਾਵ ਆ ਪਾਈ ਨਹੀਂ ਕਹਿ ਸਕਦੇ ਕਿ ਉਦੋਂ ਹੀ ਲਾਗੂ ਕਰ ਦਿੱਤਾ ਗਿਆ ਹੋਵੇਗਾ ਤੇ ਤੁਸੀਂ ਇਹ ਸਰਕਾਰੀ ਦਸਤਾਵੇਜ਼ ਹੈ ਜਿਹੜਾ ਆਪਣੇ ਕੋਲ ਡਾਕੂਮੈਂਟ ਹੈ ਦਿੱਤਾ ਗਿਆ ਇਹ ਜਿਹੜਾ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਦਾ ਪੰਜਾਬ ਆਫੀਸ਼ੀਅਲੀ ਲੈਂਗੁਏਜ ਐਕਟ ਦੇ ਬਾਰੇ ਦੱਸਿਆ ਗਿਆ ਇਹਦੇ ਵਿੱਚ ਪੂਰੀ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ ਇਹ ਵੀ ਜਰੂਰ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਹਾਂ ਇਹਦੇ ਤੇ ਵੀ ਅਸੀਂ ਤਿੰਨੇ ਜਿਹੜੇ ਇਹਦੇ ਵਿਕਲਪ ਨੇ ਉਹੀ ਬਣਦੇ ਨੇ ਤੇ ਇਹਦੇ ਤੇ ਪੂਰੇ ਦਾ ਪੂਰਾ ਇਸ ਤਰ੍ਹਾਂ ਜਤਾਇਆ ਜਾ ਸਕਦਾ ਕਿਉਂਕਿ ਕਈਆਂ ਨੇ 68 ਵੀ ਲਾਇਆ ਤੇ ਕਈਆਂ ਨੇ 67 ਤੇ ਕਈਆਂ ਨੇ 68 ਵੀ ਲਾਇਆ ਠੀਕ ਹੈ ਆਪਾਂ ਕਿਸੇ ਨਾਲ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਕਿ ਕਿਸੇ ਦਾ ਨੰਬਰ ਜਾਵੇ ਤੇ ਸਾਰਿਆਂ ਨੂੰ ਨੰਬਰ ਮਿਲਣਾ ਚਾਹੀਦਾ ਤੇ ਠੀਕ ਹੈ ਨਾ ਇਹ ਗੱਲ ਨੂੰ ਵੀ ਧਿਆਨ ਚ ਰੱਖਿਆ ਜਾਵੇ ਸਕਰੀਨ ਤੇ ਤੁਸੀਂ ਦੇਖ ਵੀ ਲਿਆਉਣਾ ਤੇ ਆਪਾਂ ਉਥੇ ਸਾਂਝਾ ਵੀ ਕਰਾਂਗੇ ਇਹਦੇ ਬਾਰੇ ਪੂਰੀ ਦੀ ਪੂਰੀ ਇਹਨਾਂ ਨੇ ਦਿੱਤੀ ਹੋਈ ਜਾਣਕਾਰੀ ਵੀ ਕਿਵੇਂ ਕਦੋਂ ਸਾਰਾ ਕੁਝ ਇਹਦੇ ਵਿੱਚ ਦੱਸਿਆ ਹੋਇਆਗਾ ਤੇ ਹੋਰ ਵੀ ਆਪਾਂ ਦੇਖਦੇ ਹਾਂ ਕਿਦੋਂ ਸਵਾਲ ਹਾਂ ਇੱਕ ਦੋ ਦਿਨ ਪਹਿਲਾਂ ਆਪਾਂ ਨੇ ਗਰੁੱਪ ਦੇ ਵਿੱਚ ਆਪਾਂ ਸਾਂਝਾ ਕੀਤਾ ਸੀ ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਉਹਨਾਂ ਨੇ ਇੱਕ ਪੇਜ ਜਿਹਾ ਸੀ ਨੋਟਿਸ ਪੇਜ ਜਿਹਾ ਸੀ ਮਿੱਤਰ ਸੇਨ ਮੀਤ ਜੀ ਨੇ ਭੇਜਿਆ ਸੀਗਾ ਜਰੂਰ ਤੁਸੀਂ ਸਾਰੇ ਨੇ ਪੜ੍ਹਿਆ ਹੋਵੇਗਾ ਉਹਦੇ ਵਿੱਚ ਉਹਨਾਂ ਦੀ ਜਿਹੜੀ ਆਫੀਸ਼ੀਅਲੀ ਆਪਣੀ ਉਹਨਾਂ ਵੱਲੋਂ ਜਾਣਕਾਰੀ ਉਹਦੇ ਵਿੱਚ 67 ਲਿਖਿਆ ਮਿਲਦਾ ਤੁਸੀਂ ਉਹਨਾਂ ਨਾਲ ਸੰਪਰਕ ਵੀ ਕਰ ਸਕਦੇ ਹੋ ਫੋਨ ਤੇ ਫੋਨ ਨੰਬਰ ਵੀ ਦਿੱਤਾ ਹੋਇਆ ਉਹਨਾਂ ਦਾ ਤੇ ਉਹਨਾਂ ਦਾ ਕਿਉਂਕਿ ਉਹ ਉੱਥੇ ਮੈਨੂੰ ਲੱਗਦਾ ਕਿ ਉਹ ਗਲਤ ਨਹੀਂ ਹੋ ਸਕਦੇ ਉਹਨਾਂ ਵੱਲੋਂ 67 ਦਾ ਵੀ ਮਿਲਦਾ ਠੀਕ ਹੈ ਜੀ ਇਹ ਗੱਲ ਨੂੰ ਵੀ ਧਿਆਨ ਚ ਰੱਖਣਾਗਾ ਤੇ 68 ਵਾਲਿਆਂ ਨੇ ਆਪਣੀ ਕਿਤਾਬ ਦਾ ਵੀਰਵਾ ਜਰੂਰ ਨਾਲ ਦੱਸਣਾਗਾ ਤੇ ਸੂਫੀ ਦਰਬੀਸ਼ ਰੱਬ ਦੀ ਪ੍ਰਾਪਤੀ ਦੇ ਚਾਰ ਪੜਾ ਮੰਨਦੇ ਆ ਬਿਲਕੁਲ ਜੀ ਹੁਣ ਜਾਣ ਬੁੱਝ ਕੇ ਪਤਾ ਨਹੀਂ ਕਿਉਂ ਸ਼ੇਪ ਆਇਆ ਕਿੱਥੋਂ ਪਾਇਆ ਇਹ ਤੁਸੀਂ ਦੇਖ ਲਿਓ ਸਾਰਿਆਂ ਦਾ ਤਕਰੀਬਨ ਫਿਰ 50 50 ਰੁਪਏ ਓਬਜੈਕਸ਼ਨ ਵਾਲੇ ਠੀਕ ਹੈ ਜੀ ਤੇ ਸਮਝ ਤੋਂ ਬਾਹਰ ਕਿਉਂ 4 ਦੀ ਜਗ੍ਹਾ ਤੇ ਸੀ ਹਾਂ 26 ਜਨਵਰੀ ਵਾਲਾ ਪਹਿਲਾਂ ਵੀ ਕਿਹਾ ਸੀ ਜਰੂਰ ਦੱਸਿਓ ਜੇ ਕਿਸੇ ਨੇ ਗੁਰਮukh Singh ਮਸਾਫਰ ਦੀ 26 ਜਨਵਰੀ ਕਹਾਣੀ ਪੜੀ ਆ ਕਿਉਂਕਿ 27 ਜਨਵਰੀ ਆਪਾਂ ਪੜੀ ਆ ਜਰੂਰ ਮੇਰੇ ਧਿਆਨ 'ਚ ਆ ਜੇ ਕਿਸੇ ਨੇ 26 ਜਨਵਰੀ ਪੜੀ ਆ ਤਾਂ ਜਰੂਰ ਦੱਸਿਓ ਮੇਰੇ ਧਿਆਨ 'ਚ ਨਹੀਂ ਹੈਗੀ ਨੰਝਨ ਤਸਨੀਮ ਦਾ ਨਾਵਲ ਨਹੀਂ ਹੈਗਾ ਕਿਸੇ ਦੇ ਧਿਆਨ ਦੀ ਵਿੱਚ ਠੀਕ ਹੈ ਜੋ ਉਹਨਾਂ ਨੇ ਦਿੱਤਾਗਾ ਪ੍ਰੋਫੈਸਰ ਪੂਰਨ ਸਿੰਘ ਵਾਲਾ ਤਾਂ ਬਿਲਕੁਲੀ ਉਹ ਤਾਂ ਸਾਰਿਆਂ ਦੇ ਸਾਹਮਣੇ ਸਪਸ਼ਟ ਹੈ ਜਾਂ ਤਾਂ ਉਹ ਬਕਲਪ ਦਿੰਦੇ ਨਾ ਉਹਦੇ ਵਿੱਚੋਂ ਕਿ ਇਹਨਾਂ ਵਿੱਚੋਂ ਕੋਈ ਵੀ ਨਹੀਂ ਜੇ ਇਹਨਾਂ ਵਿੱਚੋਂ ਕੋਈ ਵੀ ਨਾ ਬਕਲਪ ਦਿੰਦੇ ਫੇਰ ਉਹੋ ਆਪਣਾ ਜਵਾਬ ਪੱਖ ਰੱਖ ਸਕਦੇ ਸੀ ਤੇ ਉਹਨਾਂ ਨੇ ਇਹ ਬਕਲਪ ਵੀ ਦੇ ਦਿੱਤਾ ਕਿ ਇਹਨਾਂ ਵਿੱਚੋਂ ਕੋਈ ਨਹੀਂ ਕਿਉਂਕਿ ਬੋਰਡ ਦੀਆਂ ਕਿਤਾਬਾਂ ਨੇ ਜਿੰਨੀਆਂ ਉਹਨਾਂ ਦੇ ਵਿੱਚ ਆਪਣੇ ਕੋਲ ਇਹਨਾਂ ਤਿੰਨਾਂ ਬਕਲਪਾਂ ਦੇ ਵਿੱਚੋਂ ਕੋਈ ਵੀ ਨਹੀਂ ਮਿਲਿਆ 1899 ਵਾਲਾ ਕਿਤੇ ਵੀ ਨਹੀਂ ਮਿਲਿਆ ਜਿਹੜੀਆਂ ਬੋਰਡ ਦੀਆਂ ਕਿਤਾਬਾਂ ਨੇ ਉਹ ਪੱਖ ਵੀ ਆਪਾਂ ਰੱਖ ਸਕਦੇ ਹਾਂ ਪੂਰੀ ਦੀ ਪੂਰੀ ਅਬਜੈਕਸ਼ਨ ਲੱਗੇ ਲੱਗੇ ਸਕਦੀ ਹੈ ਬਿਲਕੁਲ ਲੱਗ ਸਕਦੀ ਹੈ ਉਹਦੇ ਤੇ ਹੋਰ ਕੋਈ ਤੁਹਾਡੇ ਦਿਮਗ ਦੇ ਵਿੱਚ ਹੋਵੇ ਮੇਰੇ ਧਿਆਨ ਚ ਨਾ ਰਿਹਾ ਹੋਵੇ ਜਰੂਰ ਤੁਸੀਂ ਇੱਥੇ ਕਮੈਂਟ ਕਰਕੇ ਦੱਸ ਸਕਦੇ ਹੋ तकरीबन ਇਹ 2-4 ਜਿਹੜੇ ਸਵਾਲ ਬਿਲਕੁਲ ਬਣਦੇ ਸੀ ਉਹ ਆਪਾਂ ਗੱਲ ਕਰ ਲਈ ਹੈ ਤੇ तकरीबन तकरीबन ਸਾਰਿਆਂ ਦੇ ਆਪਣੇ ਕੋਲੇ ਜਿਹੜੇ ਕਿਹਾ ਤੁਹਾਨੂੰ ਉਹ ਜਰੂਰ ਸਬੂਤ ਜੇ ਕਿਸੇ ਕੋਲੇ ਹੈਗੇ ਆ ਵੇਰਵਾ ਦੇ ਸਕਦੇ ਹੋ ਆਪਣਾ ਮੈਂ ਆਪਣੇ ਕੋਲੇ ਹੈਗੇ ਨੇ ਅੰਮ੍ਰਿਤਪ੍ਰੀਤ ਸੰਤੋਖ ਸਿੰਘ ਧੀਰਵਾਲੇ ਪੱਖੜੇ ਉਹ ਵੀ ਆਪਣੇ ਕੋਲੇ ਹੈਗੇ ਨੇ ਠੀਕ ਹੈ ਹੋਰ ਕੋਈ ਤੁਹਾਡੇ ਮਨ ਦੇ ਵਿੱਚ ਉਲਝਣ ਹੋਵੇ ਤੁਸੀਂ ਜਰੂਰ ਆਨ ਦੱਸ ਸਕਦੇ ਹੋ ਤੇ ਸਿਰਫ ਉਹੀ ਉਹਦੇ ਵਿੱਚ ਗਰੁੱਪ ਦੇ ਨਾਲ ਜੁੜਿਓ ਜਿਨ੍ਹਾਂ ਕੋਲੇ ਕੋਈ ਸਬੂਤ ਆਪਣਾ ਸਾਂਝਾ ਕਰਨਾ ਚਾਹੁੰਦੇ ਨੇ ਕਿਸ ਸਵਾਲ ਦੇ ਤੇ ਇਹ ਚੀਜ਼ ਨੂੰ ਲੈ ਕੇ ਇਤਰਾਜ਼ ਜਤਾਇਆ ਜਾ ਸਕਦਾ ਤੇ ਬਿਲਕੁਲ ਵਜ਼ਾਰੂ ਕਿਤਾਬਾਂ ਨੇ ਜਿਹੜੀਆਂ ਆਮ ਜਾਂ ਗੂਗਲ ਨੂੰ ਸਰਚ ਕਰਕੇ ਸਿਰਫ ਇਕੱਲੇ ਕੋ ਗੂਗਲ ਦਾ ਸਾਰਾ ਨਹੀਂ ਲਿਆ ਜਾ ਸਕਦਾ ਉਹਨਾਂ ਨੂੰ ਬਿਲਕੁਲ ਵੀ ਨਹੀਂ ਪਰ ਹਾਂ ਕੋਈ ਸਰਕਾਰੀ ਸਾਡੇ ਕੋਲੇ ਹੈ ਦਸਤਾਵੇਜ਼ ਉਹ ਚੀਜ਼ ਨੂੰ ਜ਼ਰੂਰ ਨਾਲ ਅਸੀਂ ਨੱਥੀ ਕਰ ਸਕਦੇ ਹਾਂ ਉੱਥੇ ਮਤਲਬ ਦੇ ਸਕਦੇ ਹਾਂ ਆਪਣਾ ਇਤਰਾਜ਼ ਜ਼ਰੂਰ ਇਹ ਚੀਜ਼ ਦਾ ਧਿਆਨ ਰੱਖਿਆ ਜਾਵੇ ਹੋਰ ਕੋਈ ਮਨ ਦੇ ਵਿੱਚ ਉਲਝਣ ਹੋਵੇ ਜਰੂਰ ਸਾਂਝੀ ਕਰਿਓ ਦੇਖਦੇ ਆਂ ਫਿਰ ਜਿਵੇਂ ਲੋੜ ਪਊਗੀ ਤਾਂ ਆਪਾਂ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਨਾਲ ਖਾਸੇ ਵਾਸਤੇ ਦੇ ਰਹੇ